धन धन श्री गुरु नानक देव जी के 535वें विआह पुरब की सारे दर्शकों को बधाई होवे। सो असी पहुंचे हाँ श्री डेरा साहब गुरद्वारा जिथे माता सुलखनी जी का घर से पेका घर सी। माता सुलखनी जी इसे घर से रहिंदे सी। गुरु नानक देव जी जदों ਵਿਆਹਣ ਆਉਂਦੇ ਨਾ ਤਾਂ ਇੱਥੇ ਹੀ ਇਸੇ ਘਰ ਦੇ ਵਿੱਚ ਹੀ ਉਹਨਾਂ ਦੀਆਂ ਲਾਵਾਂ ਹੁੰਦੀਆਂ ਨੇ। ਸੋ ਉਹ ਥੜਾ ਸਾਹਿਬ ਤੁਹਾਨੂੰ ਦਿਖਾ ਸਕਦੇ ਹਾਂ ਜਿੱਥੇ ਗੁਰਦੁਆਰਾ ਪਾਠ ਵੀ ਕੀਤਾ ਜਾ ਰਿਹਾ। ਗੁਰਦੁਆਰਾ ਦੇ ਵਿੱਚ ਨਾਲ ਦੀ ਨਾਲ ਤਸਵੀਰਾਂ ਦੇ ਜ਼ਰੀਏ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ ਕਿ ਅੱਜ ਨਗਰ ਕੀਰਤਨ ਆ ਜਿਹੜਾ ਕੱਢਿਆ ਜਾਵੇਗਾ ਤਾਂ ਬਟਾਲੇ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਉਸਦੀ ਸਮਾਪਤੀ ਹੋਵੇਗੀ। ਸੋ ਤਸਵੀਰਾਂ ਦੇ ਜ਼ਰੀਏ ਅਸੀਂ ਦਰਸ਼ਨ ਜ਼ਰੂਰ ਕਰਾਵਾਂਗੇ ਆਪਣੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦਿਆਂ। ਸੋ ਜੇਕਰ ਪਿਛਲੇ ਸਮੇਂ ਦੀਆਂ ਗੱਲ ਕਰੀਏ ਤਾਂ 2 ਸਾਲ ਲਗਾਤਾਰ ਕਰੋਨਾ ਕਾਲ ਦੇ ਸਮੇਂ ਨਗਰ ਕੀਰਤਨ ਆ ਜਿਹੜਾ ਨਹੀਂ ਸੀ ਕੱਢਿਆ ਗਿਆ ਅਤੇ ਨਾਲ ਦੀ ਨਾਲ ਸੰਗਤਾਂ ਦੇ ਵਿੱਚ ਵੀ ਮਨ 'ਚ ਖੁਸ਼ੀ ਇੰਨੀ ਨਹੀਂ ਸੀ ਮਹਿਸੂਸ ਕੀਤੀ ਜਾਂਦੀ। ਪਰ ਅੱਜ ਦੇ ਜੇਕਰ ਗੱਲ ਕੀਤੀ ਜਾਏ ਤਾਂ ਅੱਜ ਇੰਨਾ ਕੁ ਇਕੱਠ ਆ ਕਿ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਇੱਥੇ ਦਰਸ਼ਨ ਕਰਨ ਆਈਆਂ, ਨਤਮਸਤਕ ਹੋਣ ਆਈਆਂ ਵਾਂ। ਅਤੇ ਨਾਲ ਦੀ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਭੈਣ ਅਤੇ ਧਰਮ ਪਤਨੀ ਅਤੇ ਨਾਲ 2 ਕੈਬਨਿਟ ਮੰਤਰੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਨਤਮਸਤਕ ਹੋਣਗੇ, ਨਗਰ ਕੀਰਤਨ ਦੇ ਵਿੱਚ ਵੀ ਨਤਮਸਤਕ ਹੋਣਗੇ। ਸੋ ਨਾਲ ਦੀ ਨਾਲ ਤਸਵੀਰਾਂ ਦੇ ਰਾਹੀਂ ਦਰਸ਼ਨ ਕਰਵਾਉਣ ਦੀ ਅਸੀਂ ਜ਼ਰੂਰ ਆਪਣੀਆਂ ਸੰਗਤਾਂ ਨੂੰ ਕੋਸ਼ਿਸ਼ ਕਰਾਂਗੇ। ਸੋ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਅੱਜ ਨਗਰ ਕੀਰਤਨ ਜਿਹੜਾ ਕੱਲ੍ਹ ਰਾਤ ਦੇਰ ਰਾਤ ਸੁਲਤਾਨਪੁਰ ਲੋਧੀ ਤੋਂ ਚੱਲਦਾ ਵਾ ਤਾਂ ਬਟਾਲੇ ਦੀ ਧਰਤੀ ਤੱਕ ਪਹੁੰਚਦਾ ਵਾ ਅਤੇ ਅੱਜ ਨਗਰ ਕੀਰਤਨ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਉਸਦੀ ਸਮਾਪਤੀ ਹੋਵੇਗੀ। ਸੋ ਕਿਤੇ ਨਾ ਕਿਤੇ ਅਸੀਂ ਤਸਵੀਰਾਂ ਦੇ ਜ਼ਰੀਏ ਦਿਖਾ ਦਈਏ ਕਿ ਜਿਹੜੇ ਲੋਕ ਸੰਗਤਾਂ ਆ ਰਹੀਆਂ ਵਾਂ ਉਹਨਾਂ ਵੱਲੋਂ ਇੱਥੇ ਸਿਹਰੇ ਚੜ੍ਹਾਏ ਜਾਂਦੇ ਨੇ। ਗੱਲਬਾਤ ਜ਼ਰੂਰ ਕਰਾਂਗੇ ਇੱਥੇ ਆਪਣੇ ਬਾਬਾ ਜੀ ਨੇ। ਬਾਬਾ ਜੀ ਕਿਸ ਤਰ੍ਹਾਂ ਦੱਸਿਓ ਇੱਥੇ ਸੰਗਤਾਂ ਜਦੋਂ ਆਉਂਦੀ ਕੀ ਆਸਥਾ ਉਹਨਾਂ ਦੇ ਮਨ 'ਚ, ਨਾਮ ਦੱਸ ਦਿਓ ਕੀ? ਮੇਰਾ ਨਾਮ ਜੀ ਨਿਹਾਲ ਸਿੰਘ ਆ ਜੀ। ਸੰਗਤਾਂ ਆਉਂਦੀਆਂ ਸਿਹਰੇ ਚੜ੍ਹਾ ਕੇ ਜਾਂਦੀਆਂ, ਕੀ ਆਸਥਾ? ਸੰਗਤ ਆਸਥਾ ਵਿਆਹ ਦੀ ਆਸਥਾ ਰੱਖ ਕੇ ਆਉਂਦੀਆਂ। ਜਿਹੜਾ ਬੱਚੇ ਦਾ ਵਿਆਹ ਨਹੀਂ ਹੁੰਦਾ ਉਹ ਸਿਹਰਾ ਲਿਆਉਂਦੇ ਆ, ਜੇ ਬੀਬੀ ਦਾ ਵਿਆਹ ਨਹੀਂ ਹੁੰਦਾ ਉਹ ਕਲੀਰੇ ਇੱਥੇ ਚੜ੍ਹਾਉਂਦੇ ਲਿਆ ਕੇ, ਉਹ ਮਨੋਕਾਮਨਾ ਪੂਰੀਆਂ ਹੁੰਦੀਆਂ ਉਹਨਾਂ 'ਚ। ਇਤਿਹਾਸਿਕ ਗੁਰਦੁਆਰਾ ਵਾ ਮਾਤਾ ਸੁਲੱਖਣੀ ਜੀ, ਇਸੇ ਘਰ ਇੱਥੇ ਇਸ ਥਾਂ 'ਤੇ ਗੁਰੂ ਨਾਨਕ ਸਾਹਿਬ ਦਾ ਅਤੇ ਮਾਤਾ ਸੁਲੱਖਣੀ ਦਾ ਵਿਆਹ ਹੋਇਆ ਇਸ ਥਾਂ 'ਤੇ ਜੀ। ਇੱਥੇ ਲੋਕ ਸ਼ਰਧਾ ਆਸਥਾ ਰੱਖ ਕੇ ਆਉਂਦੇ ਆ ਜੀ। ਬਾਬਾ ਜੀ ਜੇ ਗੱਲ ਕੀਤੀ ਜਾਏ ਇਸ ਵਾਰ ਰਸ਼ ਜ਼ਿਆਦਾ ਨਹੀਂ ਘੱਟ ਦੇਖਣ ਨੂੰ ਮਿਲਦਾ? ਇਸ ਵਾਰ ਰਸ਼ ਜ਼ਿਆਦਾ ਪਿਛਲੇ ਸਾਲ ਕਰੋਨਾ ਕਰਕੇ, ਪਹਿਲਾਂ ਰਸ਼ ਨਹੀਂ ਆਇਆ, ਹੁਣ ਰਸ਼ ਜ਼ਿਆਦਾ ਕਰੋਨਾ ਕਰਕੇ। ਸੋ ਬਿਲਕੁਲ ਆਪਣੇ ਘਰ ਦੇ ਵਿੱਚ ਵਿਆਹ ਹੋਵੇ ਤਾਂ ਆਪਾਂ ਨੂੰ ਪੂਰਾ ਚਾਅ ਹੁੰਦਾ ਵਾ, ਪਰ ਜਗਤ ਗੁਰੂ ਦਾ ਵਿਆਹ ਵਾ ਅਤੇ ਇਸ ਵਿਆਹ ਪੁਰਬ ਦੇ ਉੱਤੇ ਵੀ ਸੰਗਤਾਂ ਨੂੰ ਇਸੇ ਤਰ੍ਹਾਂ ਚਾਅ ਵਾ। ਸੋ ਸੰਗਤਾਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਇਸ ਧਰਤੀ 'ਤੇ ਪਹੁੰਚੀ ਹੈ ਬਟਾਲੇ ਦੇ ਇਸ ਵਿਆਹ ਪੁਰਬ ਦੇ ਵਿੱਚ ਸ਼ਾਮਿਲ ਹੋਣ ਲਈ। ਸੋ ਹੋਰ ਵੀ ਸੰਗਤਾਂ ਨੇ ਗੱਲਬਾਤ ਕਰ ਲੈਂਦੇ ਹਾਂ ਉਹਨਾਂ ਦੇ ਨਾਲ ਵੀ ਚੱਲ ਕੇ। ਮਾਤਾ ਜੀ ਕਿੱਥੋਂ ਆਏ? ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਅੱਜ ਬਟਾਲੇ ਦੇ ਵਿੱਚ ਬਾਬਾ ਜੀ ਦੀ ਸ਼ਾਦੀ 'ਤੇ ਵਧਾਈ ਦੇਣ ਆਈ ਹਾਂ। ਸਾਰੀ ਸੰਗਤ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਹੋਵੇ, ਤੁਹਾਡੀ ਵੀ ਉਮਰ ਲੰਬੀ ਕਰੇ। ਮਾਤਾ ਜੀ ਕਿਸ ਤਰ੍ਹਾਂ ਦੀ ਆਸਥਾ ਦੇ ਦਿਓ ਲੋਕ? ਅੱਜ ਦੇਖਿਆ ਵਾ ਲੋਕ ਸ਼ੇਰੇ ਕਲੀਰੇ ਲੈ ਕੇ ਆਉਂਦੇ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਾਲ। ਅੱਜ ਦੇ ਕਈ ਸਾਲ ਹੋ ਗਏ, 1487 ਵਿੱਚ ਆਏ ਨੇ ਵਿਆਹ ਕਰਾਉਣ। ਦੇਖੋ ਅੱਛੇ ਕਰਮ ਕਰੋ, ਇਹਨਾਂ ਵੱਲ ਦੇਖ ਕੇ ਕੁਝ ਸਿੱਖੋ ਕਿ ਦੁਨੀਆ 'ਤੇ ਕ੍ਰੋਧ ਮੁੱਕ ਜਾਏ, ਪਿਆਰ ਮੁਹੱਬਤ ਦੇ ਨਾਲ ਸਭ ਭੈਣ ਭਰਾ ਇਕੱਠੇ ਹੋ ਕੇ ਰਹਿਣ। ਇਸ ਕਰਕੇ ਮੈਂ ਇਹ ਕਹਿੰਦੀ ਗੁਰੂਆਂ ਦੇ ਚਰਨਾਂ 'ਚ ਆ ਕੇ ਕੁਛ ਅੱਜ ਮੰਗ ਕੇ ਜਾਓ ਕਿ ਬਾਬਾ ਜੀ ਅਸੀਂ ਸਾਰਿਆਂ ਨਾਲ ਪਿਆਰ ਮੁਹੱਬਤ ਪੰਜਾਬ 'ਚ ਕਰਨਾ, ਫਿਰ ਸਾਡੀ ਜਿੱਤ ਹੈ। ਅਤੇ ਬਾਬੇ ਦੇ ਵਿਆਹ ਦੀ ਲੱਖ ਲੱਖ ਸਾਰਿਆਂ ਨੂੰ ਵਧਾਈ ਹੋਵੇ। ਅੱਜ ਕਿਤੇ ਨਾ ਕਿਤੇ ਚਾਹ ਨਹੀਂ ਇਕੱਠ ਬਣਾ ਬਹੁਤ ਜ਼ਿਆਦਾ, ਤੁਸੀਂ ਵੀ ਦੱਸਿਆ ਕਿ ਬਹੁਤ ਅਜੇ ਚਾਹ। ਮੈਂ ਚਾਹ ਪੀਣ ਦੀ ਗੱਲ ਨਹੀਂ ਮਾਤਾ ਜੀ ਕੀਤੀ, ਚਾਹ ਤਾਂ ਲੰਗਰ ਬੇੜੇ ਲੱਗੇ। ਉਹ ਸਾਡੇ ਲਈ ਲਾਈ ਆ, ਉਹ ਮਾਲਕ ਦੀ ਮਿਹਰਬਾਨੀ। ਦੇਖੋ ਇੰਨੀ ਦੁਨੀਆ ਨੂੰ ਸੰਭਾਲਣਾ ਕੁਝ ਸੌਖਾ ਨਹੀਂ, ਮੈਂ ਤਾਂ ਅੱਗੇ ਤਾਰੀਫ ਕਰਨ ਡਈ ਸਾਂ। ਬਹੁਤ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਸਾਰੀ ਸੰਗਤ ਨੂੰ ਮੇਰੇ ਵੱਲੋਂ ਕਿ ਇਤਨਾ ਅੱਛਾ ਦਾਨ ਦਿਓ, ਅੱਛੇ ਕਰਮ ਕਰੋ, ਵੇਖੋ ਪਰਮਾਤਮਾ ਕਿੱਡਾ ਖੁਸ਼ ਹੈ। ਸੋ ਬਿਲਕੁਲ ਮੈਂ ਤਸਵੀਰਾਂ ਜ਼ਰੂਰ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਦਾਂਗਾ, ਦਰਸ਼ਨ ਜ਼ਰੂਰ ਕਰਵਾ ਦਾਂਗੇ ਗੁਰਦੁਆਰਾ ਡੇਰਾ ਸਾਹਿਬ ਦੇ, ਜਿੱਥੋਂ ਮਾਤਾ ਸੁਲੱਖਣੀ ਜੀ ਦਾ ਲਾਵਾਂ ਹੋਈਆਂ ਸੀ ਇਸ ਗੁਰਦੁਆਰੇ ਸਾਹਿਬ ਦੇ ਵਿੱਚ ਮਾਤਾ ਸੁਲੱਖਣੀ ਦੀਆਂ, ਅਤੇ ਨਾਲ ਦੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦੀਆਂ ਲਾਵਾਂ ਫੇਰੇ ਹੋਏ ਸੀ। ਸੋ ਇਹ ਵਿਆਹ ਸਥਾਨ ਆ, ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ 2 ਸਥਾਨ ਜਿਹੜੇ ਸੀ, ਜਨਮ ਸਥਾਨ ਅਤੇ ਉਹਨਾਂ ਦਾ ਜੋਤੀ ਜੋਤ ਸਮਾ ਜਿਹੜਾ ਸਥਾਨ ਆ, ਉਹ ਦੋਨੇ ਸਥਾਨ ਪਾਕਿਸਤਾਨ ਦੇ ਵਿੱਚ ਆ। ਸੋ ਬਟਾਲੇ ਦੀ ਜੇਕਰ ਗੱਲ ਕੀਤੀ ਜਾਏ, ਪੰਜਾਬ ਦੀ ਧਰਤੀ ਦੇ ਉੱਤੇ ਸਿਰਫ ਤਾਂ ਸਿਰਫ ਇੱਕੋ ਸਥਾਨ ਆ, ਇਤਿਹਾਸਿਕ ਗੁਰਦੁਆਰਾ ਡੇਰਾ ਸਾਹਿਬ ਅਤੇ ਨਾਲ ਦੀ ਨਾਲ ਗੁਰਦੁਆਰਾ ਸ਼੍ਰੀ ਕੰਧ ਸਾਹਿਬ।
कंध साहब के भी गुरद्वा जो समाप्ति नगर कीर्तन की होंगी है तो नाल दी नाल उत्थे जदों लावा फेरे पड़े जाते हैं तो माता वालों एक कहा जाता वा गुरु नानक देव जी कच्ची दीवार के लागे बैठे होंगे ने तो माता जी वालों कहा जाता वा कि लगातार जेकर माता जी वालों कहा जाता वा कि बच्चा इस कंध तो थोड़ा परे होट के बैठ जाओ तुहाडे उत्ते डिग जाएगी पर उस वेले श्री गुरु नानक देव जी वालों कहा जाता वा कि जुगां जुगां तक कंध इस तरह ही बरकरार रहेगी सो अज भी वह कंध उस तरह ही बरकरार वा सो लोग देशों विदेशों धरती तो आते सो लोग ने साडे नाल संगत आई ने गलबात जरूर करांगे बाबा जी नाम दस दिओ तो कित्थों आए मेरा नाम कुलवंत सिंह है जी मैं बटाले तो ही आया उजागर नगर तो इस तरह का घट देखते हो रवि बहुत अपार कृपा धन धन जगत गुरु गुरु नानक देव जी महाराज के विआह पुरब के संगत बहुत श्रद्धा न मना रही संगत बड़े प्यार सत्कार राती भी बरात आई है संगत बहुत सी हूँ भी महाराज का सूप लैके जाने वास्ते तैयारियां चल रही ने बिल्कुल संगतों के भी चा वा कि ना कि बाबा जी के विआह में लैके सो साढ़े वालों भी दर्शकों साड़ी टीम वालों साढ़े अदारे वालों भी सारे देशों विदेशों से वसते पंजाबियों बाबे नानक के विआह की लख लख बधाई हो कैमरामैन बंटी के नाल जतेंद्र कुंडा डेली पोस्ट पंजाबी गुरदासपुर।